ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਅੰਮ੍ਰਿਤਸਰ ਚ ਹੋਇਆ ਹਾਈ ਵੋਲਟেজ ਹੰਗਾਮਾ ਪੁਲਿਸ ਨਾਲ ਉਲਝਿਆ ਵਿਅਕਤੀ ਦੇਖੋ ਵੀਡੀਓ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਦੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਚ ਹਾਈ ਵੋਲਟੇਜ ਹੰਗਾਮਾ ਦੇਖਣ ਨੂੰ ਮਿਲਿਆ ਹੈ ਦਾਸ ਦੀ ਖਾਲਸਾ ਕਾਲਜ ਦੇ ਬਿਲਕੁਲ ਸਾਹਮਣੇ ਟ੍ਰੈਫਿਕ ਪੁਲਿਸ ਅਤੇ ਇੱਕ ਵਿਅਕਤੀ ਚ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ ਪ੍ਰਾਪਦਾਨ ਕਾਰਨ ਅਨੁਸਾਰੰ ਪੁਲਿਸ ਨੇ ਜਗਤਾਰ ਸਿੰਘ ਨੂੰ ਗੱਡੀ ਦੇ ਕਾਗਜ਼ਾ ਦਿਖਾਉਣ ਲਈ ਗਿਆ ਸੀ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵਿੱਚ ਕਾਫੀ ਬਹਿਸ ਵੀ ਹੋਈ ਦੇਖੀ ਗਈ ਤੇ ਬਾਅਦ ਦੋਵੇਂ ਚਾਲੇ ਹੱਥੋਂ ਪਾਈ ਹੋਈ ਪੁਲਿਸ ਅਧਿਕਾਰੀ ਦਾ ਦੋਸ਼ਕ ਯੋਗ ਵਿਅਕਤੀ ਨੇ ਡਿਊਟੀ ਦੇ ਤਣਾਇਤ ਏਐਸਸੀ ਅਮਰੀਕ ਸਿੰਘ ਦੀ ਵਰਤੀ ਪਾਰ ਦਿੱਤੀ ਵਿਅਕਤੀ ਨੂੰ ਹਰਾਸਤ ਚ ਲਿਆ ਲਿਆ ਗਿਆ ਪੀੜਤ ਜਗਤਾਰ ਸਿੰਘ ਨੇ ਦੋਸ਼ ਲਾਇਆ ਕਿ ਉਸਨੇ ਪੁਲਿਸ ਮੁਲਾਜ਼ਮ ਤੋਂ ਰਸਤਾ ਪੁੱਛਿਆ ਸੀ ਜਿਸ ਦੌਰਾਨ ਉਕਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਮੈਂ ਤੁਹਾਡਾ ਨੌਕਰ ਹਾਂ ਜਿਸ ਤੋਂ ਬਾਅਦ ਦੋਵਾਂ ਵਿਚਾਰੇ ਬੈਸ ਸ਼ੁਰੂ ਹੋ ਗਈ ਐ ਤੇ ਬਾਅਦ ਜੱਦ ਤੋਂ ਬੈਸ ਸ਼ੁਰੂ ਹੋ ਗਈ ਜਗਤਾਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਮੁਲਾਜ਼ਮ ਨੇ ਟ੍ਰੈਫਿਕ ਨਿਯਮ ਦੀ ਉਲੰਘਣਾ ਕੀਤੀ ਸੀ ਤੇ ਰੋਕਣ ਦੇ ਵਿਅਕਤੀ ਨੂੰ ਗੁੱਸਾ ਆ ਗਿਆ ਤੇ ਬੈਸ ਸ਼ੁਰੂ ਹੋ ਗਈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ